मोगा पुलिस नु उस समय वड्डी सफलता हासिल हुई जद पुलिस ने नाकाबंदी दौरान दो मोटरसाइकिल चोरां नु काबू किया। निशानदेही ते पुलिस ने 10 मोटरसाइकिल होर बरामद किए जो कि इन्हां चोरां दे वल्लों पिंड सिंह वाला दे कोल बनी एक सेम दे नेड़े लुका के रखे गए सी। फिलहाल पुलिस ने दोहां ते मामला दर्ज करके अगलेरी कार्रवाई शुरू कर दी है। ਸਾਈਕਲ ਚੋਰ ਨੂੰ ਪਕੜਿਆ ਕਿੰਨੇ ਲੋਕ ਫੜੇ ਔਰ ਕਿੰਨੇ ਮੋਟਰਸਾਈਕਲ ਫੜੇ? ਮਾਨਯੋਗ ਐਸਐਸਪੀ ਸਾਹਿਬ ਮੋਗਾ ਸਰਜੀਤ ਸਿੰਘ ਮੰਡੀ ਦਾ ਤੰਤਾ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਉਹਦੇ ਤਹਿਤ ਸਿਟੀ ਸਾਊਥ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਡੀਐਸਪੀ ਸਾਹਿਬ ਦਾ ਵੀ ਬੜਾ ਵੱਡਾ ਯੋਗਦਾਨ ਹੈ। 7 ਤਰੀਕ ਨੂੰ ਸਿਟੀ ਸਾਊਥ ਪੁਲਿਸ ਨੇ ਦੋ ਅਨਸਰਾਂ ਜਿਨ੍ਹਾਂ ਦਾ ਨਾਮ ਸੁਖਬੀਰ ਸਿੰਘ ਔਰ ਆਕਾਸ਼ਦੀਪ ਸਿੰਘ ਆ ਇਹਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਨਗਾਹਾ ਰੋਡ ਤੋਂ। उस तो बाद उन्होंने पुछगिछ की, पुछगिछ दौरान काफ़ी उन्होंने होर 9 मोटरसाइकिल है जोड़े बरामद किए हैं। टोटल 10 मोटरसाइकिल चोरी के जोड़े इन्होंने दो अंसर को बरामद हुए हैं। कितों कितों चोरी करते सर? ये वक् वक् शहर वक् वक् टिकाण तो शहर के वक् वक् थाने तो वक् वक् जगह तो इन्हें चोरी किए हैं और इन्हों की अजय पुछगिछ चल रही है कंप्लीट जी। उस तो बाद होर भी कई अहम सुराग मिल गए इन्होंने पास। सर मिले कितों मोटरसाइकिल है? मोटरसाइकिल मिले कितों है सर? ਇਹ ਬਰਾਮਦਗੀ ਦੱਸਣਗੇ ਆਪਣੇ ਤਫਤੀਸ਼ੀ ਅਫਸਰ ਡਿਟੇਲ ਦੇਣਗੇ ਵੀ ਕਿੱਥੋਂ ਕਿੱਥੋਂ ਇਹ ਬਰਾਮਦ ਕਰਕੇ ਲਿਆਏ ਨੇ। 9 ਮੋਟਰਸਾਈਕਲ ਹੁਣ ਤੱਕ ਬਰਾਮਦ ਹੋਏ। ਸਰ ਇਹਨਾਂ ਦੇ ਵਿੱਚ ਇੱਕ ਮੋਟਰਸਾਈਕਲ ਹੈ ਜਿਹੜਾ ਉਹਦੇ ਪਾਰਟਸ ਖੋਲੇ ਹੋਏ ਨੇ, ਇਹ ਕੋਈ ਵਰਕਸ਼ਾਪ ਸੀ ਜਿੱਥੇ ਖੋਲਦੇ ਸੀ ਜਾਂ ਘਰ ਹੀ ਖੋਲਦੇ ਸੀ? ਇਹ ਆਪਣੇ ਘਰ ਹੀ ਖੋਲਦੇ ਸੀ, ਇਹਨਾਂ ਸਾਰਾ ਸਮਾਨ ਰੱਖਿਆ ਹੋਇਆ ਸੀ। ਅਜੇ ਫਰਦਰ ਤਫਤੀਸ਼ ਇਹ 'ਚ ਆਊਗਾ ਵੀ ਇਹ ਕਿਹੜੇ ਕਿਹੜੇ ਹੋਰ ਅਨਸਰ ਇਹਨਾਂ ਨਾਲ ਮਿਲੇ ਹੋਏ ਨੇ ਇਸ ਕੰਮ 'ਚ ਖੋਲ ਕੇ ਪਾਰਟਸ ਵੇਚਣ ਦੇ ਕੰਮ ਆ ਰਹੇ 'ਚ, ਇਹ ਸਾਰੀ ਤਫਤੀਸ਼ ਜਾਰੀ ਹੈ। ਸਰ ਪਹਿਲਾਂ ਕੋਈ ਮਾਮਲਾ ਦਰਜ ਇਹਨਾਂ ਦੇ ਉੱਤੇ? ਹਾਂ, ਇਹਨਾਂ ਦੇ ਦੋਸ਼ੀਆਂ ਦੇ ਖਿਲਾਫ ਇੱਕ ਆਪਣਾ ਦੋਸ਼ੀ ਉੱਪਰ ਜਿਹੜਾ ਹੈਗਾ ਆਪਣਾ ਸੁਖਬੀਰ ਸਿੰਘ ਉੱਪਰ 3 ਮਾਮਲੇ ਦਰਜ ਨੇ ਔਰ ਦੂਸਰਾ ਦੋਸ਼ੀ ਕਾਸ਼ਦੀਪ ਉੱਪਰ ਵੀ ਇੱਕ ਪੁਰਾਣਾ ਪਰਚਾ ਦਰਜ ਹੈ ਉਹਦੇ ਉੱਪਰ। ਇਹ ਸਰ ਅੱਗੇ ਵੀ ਵੇਚਦੇ ਆ ਕੋਈ? ਇਹ ਅਜੇ ਸਾਡੀ ਤਫਤੀਸ਼ ਚੱਲ ਰਹੀ ਹੈ, ਉਦੋਂ ਤੋਂ ਸਾਰੇ ਜਿਹੜੇ ਅਹਿਮ ਸੁਰਾਗ ਸਾਹਮਣੇ ਆਉਣਗੇ ਵੀ ਅੱਗੇ ਕਿੱਥੇ ਕਿੱਥੇ ਸਪਲਾਈ ਕਰਦੇ ਸੀ, ਕਿਹਨਾਂ ਨੂੰ ਵੇਚਦੇ ਸੀ ਔਰ ਜੋ ਵੀ ਅਨਸਰ ਇਹਦੇ ਸ਼ਾਮਲ ਹੋਏਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਸਰ ਜਿਹੜੀ ਬਰਾਮਦਗੀ ਹੈ ਮੌਕੇ ਸ਼ਹਿਰ ਦੇ ਵਿੱਚ ਹੋਈ ਹੈ ਸਰ? ਕੋਈ ਸ਼ਹਿਰ ਵਿੱਚੋਂ ਕੁਝ ਵਾਹਨ ਆਲੇ ਦੁਆਲੇ ਦੇ ਇਲਾਕੇ ਚੋਂ? ਸਰ ਜਿਵੇਂ ਸ਼ਹਿਰ ਦੇ ਵਿੱਚ ਕਾਫੀ ਮੋਟਰਸਾਈਕਲ ਚੋਰੀ ਹੋਏ ਆ, ਜਿਨ੍ਹਾਂ ਦੇ ਲੋਕਾਂ ਦੇ ਚੋਰੀ ਹੋਏ ਕੀ ਉਹਨਾਂ ਦੀ ਦੇਖੇ ਦਾ ਹੈਗਾ ਤਾਂ ਉਹਨੂੰ ਮਿਲ ਜਾਏਗਾ ਜੀ? ਬਿਲਕੁਲ, ਜਿਹੜਾ ਚੋਰੀ ਹੋਇਆ ਉਹਦੀ ਆਈਡੈਂਟੀਫਿਕੇਸ਼ਨ ਹੋ ਕੇ ਸ਼ਨਾਖਤ ਹੋ ਕੇ ਜਿਹੜਾ ਮਾਲਕ ਹੋਇਆ ਉਹਨਾਂ ਨੂੰ ਇਹ ਜਿਹੜਾ ਬਕਾਇਦਾ ਜਿਹੜੀ ਕੋਰਟ ਦੀ ਪ੍ਰੋਸੀਡਿੰਗ ਹੈ ਸਪੁਰਦਾਰੀ ਦੇ ਮੋਟਰਸਾਈਕਲ ਦਿੱਤੇ ਜਾਣਗੇ। ਸਰ ਕੀ ਇਹ ਮੁੱਗੇ ਦੇ ਹੀ ਸਨ ਜਾਂ ਹੋਰ ਵੀ ਕਿਸੇ ਏਰੀਆ